तेरे तो बोल छुआ वर्गे ने मिठे मिठे नोटी जे नोटी कर कंदे जे ना हुण पापा जिया दे जाना तेनू कहा सी भी रबड़ लिखा दिने वो तीरे ते बिकर ने ते अंदर होना ही सी शमशेर नू भी नाल ही टंग लेंदे ब्याह जाता रुड़दा मेरे सणियां दा वो ब्याह ते चुप चपीते ही करके किसी नू भाप ही नहीं कढ़ी नाले बिकर वर्गे मलंग बंदे ते केस करा के आपां ने की लेना मैं मेरे धौल तफा जा जरूर कर गए इहदी मैनू बाली परवाह नहीं है वो बीकानेर सज्जण सिया मैं भी इन्हां दे चित्तर चंगी तरह ही कटाते सी आहो तू तो अबादे च ही है साला कंजर दा ऐ क्यों नहीं कहता मैं मोक मार गया थी हां मार गया सी मोक ना तू दस तू प्रधान ते केस पवा के तैं की कट लिया नहीं मेरी लाह पत्ती करन लग गया यार तू बुरा मन क्या लगता बुरा मनना ना ਉਹ ਮੈਂ ਤਾਂ ਤੇਰੇ ਕੋਲੇ ਤਾਂ ਆ ਕੇ ਬੈਠਿਆ ਸੀ ਵੀ ਦੋ ਘੜੀਆਂ ਬੈਠ ਕੇ ਜੀਭ ਦੀ ਖੁਰਕਜੀ ਹਟਾ ਲਾਂਗੇ ਤੂੰ ਤਾਂ ਗੱਲੋਂ ਹੀ ਹੋਰ ਪਾਸੇ ਲੈ ਤੁਰਿਆ ਉਹ ਚੰਗਾ ਦੱਸ ਕੀ ਬਦਹਜ਼ਮੀ ਹੋ ਗਈ ਤੈਨੂੰ ਉਹ ਮੇਰੇ ਤਾਂ ਬਦਹਜ਼ਮੀ ਦੀ ਗੱਲ ਕਰਦਾ ਢਿੱਡ 'ਚ ਮਰੋੜ ਉੱਠਦੇ ਨੇ ਇਸ ਗੱਲ ਦੇ ਬਈ ਸ਼ਮਸ਼ੇਰ ਦੀ ਮਰੀ ਤੀਵੀਂ ਦਾ ਅਜੇ ਸਿਵਾ ਤਾਂ ਠੰਡਾ ਨਹੀਂ ਹੋਇਆ ਉਹ ਕੁੜੀ ਨੂੰ ਐਡੀ ਛੇਤੀ ਵਿਆਹਣ ਦੀ ਕੀ ਅੱਗ ਲੱਗੀ ਸੀ ਯਾਰ ਹਾਂ ਸੱਚਮੁੱਚ ਅੱਗ ਲੱਗੀ ਸੀ ਆਪਣੀ ਕਬੀਲਦਾਰੀ ਨੂੰ ਜਿੱਤਣ ਹੁਣ ਮੈਂ ਆਪਣੀਆਂ ਧੀਆਂ ਘਰੋਂ ਤੋਰਤੀਆਂ ਹੁਣ ਦੱਸੋ ਦੱਸਣਾ ਕੀ ਹੈ ਬਾਈ ਤੇਰੀ ਕੁੜੀ ਦਾ ਵਿਆਹ ਹੋਇਆ ਵਧਾਈਆਂ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਾਈ ਸੱਜਣਾ ਇਹੋ ਜਿਹੀਆਂ ਗੱਲਾਂ ਤੇਰੇ ਮੂੰਹੋਂ ਨਹੀਂ ਸੋਭਦੀਆਂ ਜੇ ਬੰਦੇ ਦੇ ਪੁੱਤ ਤਾਂ ਖੁੱਲ੍ਹ ਕੇ ਸਾਹਮਣੇ ਆਓ ਪ੍ਰਧਾਨ ਸਾਹਿਬ ਸੱਜਣ ਬਾਈ ਤਾਂ ਤੁਹਾਨੂੰ ਵਧਾਈਆਂ ਦਿੰਦਾ ਤੁਸੀਂ ਹੋਰ ਹੀ ਗੱਲਾਂ ਕਰੀ ਜਾਂਦੇ ਹੋ ਉਹ ਤੂੰ ਚੁੱਪ ਕਰੋ ਚਗਲਾ ਨਹੀਂ ਬਿਕਰ ਕਿਸੇ ਨੇ ਵਿੱਚ ਨਹੀਂ ਆਉਣਾ ਮੈਂ ਕਿਸੇ ਦੀ ਪਿੱਠ ਤੇ ਵਾਰ ਨਹੀਂ ਕਰਦਾ ਆ ਖੜਾ ਸਾਹਮਣੇ ਜਿੰਨੇ ਵਾਰ ਕਰਨਾ ਇੱਥੇ ਇੱਕ ਤੇ ਵਾਰ ਕਰੇ ਕੀ ਬਿੰਗ ਬਲੇਵੇ ਪਾ ਕੇ ਗੱਲ ਕਰ ਰਿਹਾ ਪ੍ਰਧਾਨ ਜੋ ਕਹਿਣਾ ਸਿੱਧੀ ਤਰ੍ਹਾਂ ਕਹੇ ਮੈਂ ਤੇਰੀਆਂ ਨਾ ਧਮਕੀਆਂ ਤੋਂ ਡਰਨ ਵਾਲਿਆਂ ਚ ਨਹੀਂ ਆ ਕੌਣ ਸਾਲਾ ਧਮਕੀਆਂ ਦਿੰਦਾ ਮੈਂ ਅਜੇ ਤੱਕ ਚੁੱਪ ਸੀ ਕਿ ਮੇਰੀ ਜਵਾਨ ਧੀ ਘਰ ਬੈਠੀ ਆ ਮੈਂ ਉਸ ਜ਼ਿੰਮੇਦਾਰੀ ਤੋਂ ਹੁਣ ਫਾਰਗ ਹੋ ਗਿਆ ਟੱਕਰ ਲੈ ਜਿੱਥੇ ਟੱਕਰਨਾ ਲਿਆ ਗੱਡੀ ਚੋਂ ਰਾਡ ਕੱਢ ਜੇ ਕੁਛ ਲਕਾਇਆ ਆਈ ਤੇ ਉਹ ਵੀ ਬਾਹਰ ਕੱਢ ਤੇ ਮਾਰ ਗੋਲੀ ਪ੍ਰਧਾਨਾ ਕਿਉਂ ਐਵੇਂ ਗੱਲਾਂ ਨੂੰ ਵਧਾਈ ਜਾਂਦੇ ਹੋ ਯਾਰ ਚੁੱਪ ਓਏ ਜੇ ਤੂੰ ਹੁਣ ਵਿੱਚ ਬੋਲਿਆ ਨਾ ਸਾਲਿਆ ਇੱਥੇ ਜ਼ਮੀਨ 'ਚ ਕੱਢ ਦੂੰ ਪਰ ਉਹ ਭਾਈ ਆਪਾਂ ਨੇ ਕੀ ਸਾਨਾ ਦੇ ਭੇਟ ਜਾ ਕੇ ਲੈਣਾ ਤਾਂ ਖੜ ਜਾ ਹੁਣ ਕੁੱਤੇ ਦੀ ਪੁੱਛੇ ਆ ਕੁੱਤੇ ਨੂੰ ਵੀ ਲੈ ਜਾ ਨਾਲ ਓਏ ਕੁੱਤਾ ਕਿਹਨੂੰ ਕਿਹਾ ਝੋਲੀ ਚੱਕਾ ਓਏ ਸੁਣਿਆ ਨਹੀਂ ਕਿ ਦੱਸਿਆ ਜੇ ਮੰਗੂ ਆ ਖੜਾ ਸਾਹਮਣੇ ਸਾਲੇ ਲੁਕ ਲੁਕ ਕੇ ਬਾਹਰ ਕਰਦੇ ਆ ਆ ਖੜਿਆ ਸਰਿਆਮ ਤੁਹਾਡੇ ਸਾਹਮਣੇ ਕਿੱਕੇ ਜਨ ਲਲਕਾਰਾ ਮਾਰਿਆ ਬਾਈ ਇਹਨਾਂ ਦੇ ਲੱਛਣ ਠੀਕ ਨਹੀਂ ਲੱਗਦੇ ਆ ਚੱਲੀਏ ਆਪਾਂ ਆ ਚੱਲੀਏ ਕੋਈ ਗੱਲ ਨਹੀਂ ਸ਼ਮਸ਼ੇਰ ਸਿੰਘ ਹਾਲ ਹੈ ਆਪਦੀ ਪ੍ਰਧਾਨਗੀ ਦੀ ਗੁੰਡਾ ਕਰਦੀ ਇਲੈਕਸ਼ਨ ਹੋ ਜਾਣ ਦੇ ਫੇਰ ਤੇ ਜਿੱਠੂ ਤੈਨੂੰ ਇੰਨੇ ਦਿਨ ਕਿੰਨੇ ਡਿੱਗਣਾ ਹੁਣ ਹੀ ਆ ਜਾ ਬਾਈ ਪਲੀਜ਼ ਉਹ ਬਾਈ ਆ ਜਾ ਤੂੰ ਜਾ ਪ੍ਰਧਾਨਗੀ ਦੀਆਂ ਹੋਰਾਂ ਨਾਲ ਲਵਾ ਕੇ ਭੇਜੀ ਤੂੰ ਦੰਦ ਪਿੱਟ ਦੇ ਤੀਵੀਆਂ ਵਾਲੇ ਛੜਿਆਂ ਦੀ ਮੌਜ ਬੜੀ ਮਚ ਗਿਆ ਮੌਜਾਂ ਤਾਂ ਵਿਆਹੇ ਕਰਦੇ ਨੇ ਤੇ ਤੰਦ ਗੁੱਲੂ ਵਰਗੇ ਪਿੱਟਦੇ ਆ ਵੇ ਗੁੱਲੂ ਕੌਣ ਮੌਜਾਂ ਕਰਦਾ ਵੇ ਤੇਰਾ ਕਿਤੇ ਵਿਆਹ ਕਰਾਉਣ ਨੂੰ ਦਿਲ ਤਾਂ ਨਹੀਂ ਕਰਦਾ ਭਾਬੀ ਜੀ ਚਿੱਤ ਤਾਂ ਕਰਦਾ ਪਰ ਮੇਰਾ ਨਾ ਅੱਗਾ ਨਾ ਪਿੱਛਾ ਵਿਆਹ ਕਿਵੇਂ ਹੋ ਜੂ ਗੁੱਲੂ ਵੇ ਤੇਰੇ ਅੱਗੇ ਪਿੱਛੇ ਨੂੰ ਕੀ ਹੋਇਆ ਪਿੱਛੇ ਦਾ ਤੇ ਮੈਨੂੰ ਪਤਾ ਨਹੀਂ ਜੀ ਤੇ ਅੱਗੇ ਮੈਂ ਸਾਰੀ ਉਮਰ ਤੁਹਾਡਾ ਰਸੋਈਆ ਹੀ ਰਹਿਣਾ ਅੱਛਾ ਗੁੱਲੂ ਪਿੰਕੀ ਨੀ ਉੱਠੀ ਅਜੇ ਲੰਘਿਆ ਤੇ ਸੀ ਜੀ ਮੈਂ ਦੋ ਤਿੰਨ ਵਾਰੀ ਉਹਨਾਂ ਦੇ ਬੂਹੇ ਅੱਗੇ ਘੰਗੂਰਾ ਮਾਰ ਕੇ ਦਰਵਾਜ਼ਾ ਖੜਕਾਉਣ ਨੂੰ ਚਿੱਤ ਨਹੀਂ ਕੀਤਾ ਪਏ ਰਹਿਣ ਦਿਓ ਭਾਬੀ ਜੀ ਤੁਹਾਡੇ ਲਈ ਵੀ ਚਾਹ ਮੈਂ ਲੇਟ ਹੀ ਲੈ ਕੇ ਜਾਂਦਾ ਹੁੰਦਾ ਸੀ ਗੁੱਲੂ ਬਹੁਤ ਗੱਲਾਂ ਆਉਂਦੀਆਂ ਤੈਨੂੰ ਸੁਧਰ ਜਾ ਤੂੰ ਮੈਂ ਮੀੜਿਆ ਕਦੋਂ ਸੀ ਵੈਸੇ ਕੁਲਵੰਤ ਬਾਈ ਵੀ ਤਾਂ ਨਹੀਂ ਹਾਲੇ ਤੱਕ ਉੱਠਿਆ ਕੁਲਵੰਤ ਮੁੰਡਾ ਉਹਦਾ ਸਰ ਸਕਦਾ ਪਿੰਕੀ ਤਾਂ ਹੁਣ ਇਸ ਘਰ ਦੀ ਨੂੰਹ ਆ ਨਾ ਨਹੀਂ ਨਹੀਂ ਭਾਬੀ ਜੀ ਇਕੱਠੇ ਜਾਗੇ ਹੋਣਗੇ ਇਕੱਠੇ ਸੁੱਤੇ ਹੋਣਗੇ ਆਪੇ ਇਕੱਠੇ ਉੱਠ ਪੈਣਗੇ ਗੁੱਲੂ
ਬਹੁਤ ਸ਼ੈਤਾਨੀਆਂ ਆਉਂਦੀਆਂ ਤੈਨੂੰ ਸੁਧਰ ਜਾ ਮੈਂ ਤਾਂ ਸੋਚਦੀ ਸੀ ਵੀ ਤੂੰ ਛੜਾ ਵੀ ਤੈਨੂੰ ਕੁਛ ਨਹੀਂ ਪਤਾ ਪਰ ਤੂੰ ਤਾਂ ਬਹੁਤ ਖਰਾਬ ਹੈ ਭਾਬੀ ਜੀ ਘੋੜੀ ਚੜੇ ਨਹੀਂ ਚੜਦੇ ਤਾਂ ਵੇਖੇ ਹੀ ਨੇ ਇਹ ਦੁਨੀਆ ਗੋਲ ਤਮਾਸ਼ਾ ਘੜੀ ਚ ਤੋਲਾ ਘੜੀ ਚ ਮਾਸਾ ਪਿੰਕੀ ਪਿੰਕੀ ਉੱਠ ਜਾ ਹੁਣ ਉੱਠ ਜਾਂਦੀ ਹਾਂ ਪੰਜ ਮਿੰਟ ਰੁਕ ਜਾਓ ਯਾਰ ਪੂਰਾ ਇੱਕ ਘੰਟਾ ਹੋ ਗਿਆ ਪੰਜ ਮਿੰਟ ਹੀ ਕਰੀ ਜਾਂਦੀ ਚੱਲ ਜਾ ਯਾਰ ਇੱਕ ਕੱਪ ਚਾਹ ਬਣਾ ਲਿਆ ਮੇਰੇ ਵਾਸਤੇ ਬਣਾ ਲਓ ਨੀ ਜਾ ਪਹਿਲਾਂ ਬਾਥਰੂਮ ਜਾ ਮੇਰੀ ਪਹਿਲਾਂ ਗੁੱਡ ਮਾਰਨਿੰਗ ਕਿਸ ਕਰ ਲੈ ਮੈਂ ਪਹਿਲਾਂ ਬਰੱਸ਼ ਕਰਕੇ ਆਉਂ ਨਹੀਂ ਜੀ ਸਾਡਾ ਤਾਂ ਗੁੱਡ ਮਾਰਨਿੰਗ ਕਿਸ ਕਰਕੇ ਹੀ ਮੂੰਹ ਸਾਫ਼ ਹੋ ਜਾਂਦਾ ਹੈ ਗੁੱਡ ਮਾਰਨਿੰਗ ਭਾਬੀ ਜੀ ਵੈਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦੀਦੀ ਗੁੱਡ ਮਾਰਨਿੰਗ ਕੀ ਗੱਲ ਕੁਲਵੰਤ ਉੱਠੇ ਨਹੀਂ ਹਜੇ ਹਾਂ ਦੇਖੋ ਮੈਂ ਤੁਹਾਡੇ ਲਈ ਚਾਹ ਲੈ ਕੇ ਆਈ ਹਾਂ ਗਰਮ ਗਰਮ ਚਾਹ ਪੀ ਲਓ ਹਾਂ ਤੇਰੀ ਲਾਡਲੀ ਭੈਣ ਹੈ ਨਾ ਘੰਟਾ ਹੋ ਗਿਆ ਨੂੰ ਕਹਿ ਰਹੇ ਉੱਠ ਹੀ ਨਹੀਂ ਰਹੀ ਜੀ ਆਪ ਤਾਂ ਜਿਵੇਂ ਉੱਠ ਖੜੇ ਸੀ ਨਾ ਪਾਈ ਪਾਈ ਕੁੜੀਆਂ ਮਾਰਨੀਆਂ ਸੌਖੀਆਂ ਹੁੰਦੀਆਂ ਦੀਦੀ ਬਸ ਉੱਠਣ ਨੂੰ ਦਿਲ ਹੀ ਨਹੀਂ ਕੀਤਾ ਹਾਂ ਬਈ ਨਵਾਂ ਨਵਾਂ ਵਿਆਹ ਚ ਹੋਇਆ ਉੱਠਣ ਨੂੰ ਜੀ ਵੀ ਕਿਹਦਾ ਕਰਦਾ ਹੋਊ ਤਾਂ ਗੱਲ ਤੇਰੀ ਠੀਕ ਹੈ ਭਾਬੀ ਨਾਲੇ ਸਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਹੈ ਸ਼ਰਮ ਜਾ ਨਾ ਹੋਵੇ ਤਾਂ ਆ ਦੇ ਗੁੱਲੂ ਨੇ ਤੁਹਾਡੇ ਦੋਹਾਂ ਲਈ ਲੌਂਗ ਲਾਚੀਆਂ ਪਾ ਕੇ ਚਾਹ ਬਣਾਈ ਹੈ ਪੀਓ ਹੁਣ ਫਟਾਫਟ ਬਈ ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ ਥੈਂਕ ਯੂ ਭਾਬੀ ਘੰਟਾ ਹੋ ਗਿਆ ਮੇਰੀ ਨੀਂਦ ਖਰਾਬ ਕਰ ਦੇਣ ਜਾਓ ਹੁਣ ਬਾਥਰੂਮ ਜਾਇਆ ਪਾ ਜਾ ਤੂੰ ਵੀ ਨਾ ਚੁੱਪ ਕਰਕੇ ਬ੍ਰਸ਼ ਕਰ ਲਈ ਇੱਥੇ ਲੰਮੀ ਪੈ ਕੇ ਚਾਹ ਨਾ ਪੀ ਲਈਂਗੀ ਤੇ ਤੁਹਾਡੇ ਵਰਗੀ ਗੰਦੀ ਨਹੀਂ ਇੱਥੇ ਬੈੱਡ ਟੀ ਤੇ ਇੱਦਾਂ ਹੀ ਪੀ ਰਹੀ ਏ ਬਈ ਤੁਸੀਂ ਕੀ ਨਿਆਣਿਆਂ ਵਾਂਗੂ ਲੜੀ ਜਾਂਦੇ ਹੋ ਹੁਣ ਮੈਨੂੰ ਐਂ ਦੱਸੋ ਤੁਹਾਡੇ ਦੋਹਾਂ ਚੋਂ ਪਹਿਲਾਂ ਬਾਥਰੂਮ ਕਿਹੜਾ ਜਾਊ ਬਈ ਉਹ ਤਾਂ ਮੈਂ ਜਾਊਂਗਾ ਆਰਾਮ ਨਾਲ ਚਾਹ ਪੀਵਾਂਗੇ ਠੀਕ ਹੈ ਜੀ ਪਿੰਕੀ ਦੇਖ ਆਪਣੇ ਦੋਹਾਂ ਭੈਣਾਂ ਨੂੰ ਨਾ ਕਿੱਡਾ ਸੋਹਣਾ ਘਰ ਮਿਲਿਆ ਆਪਣਾ ਵੀ ਫਰਜ਼ ਬਣਦਾ ਨਾ ਹੁਣ ਕਿ ਆਪਾਂ ਪੂਰੀ ਫੈਮਿਲੀ ਨੂੰ ਖੁਸ਼ ਰੱਖੀਏ ਇਹ 'ਚ ਕਹਿਣ ਵਾਲੀ ਕੀ ਗੱਲ ਆ ਉਹ ਤਾਂ ਸਾਰੇ ਖੁਸ਼ ਰਹਿਣਗੇ ਕਹਿਣ ਵਾਲੀ ਗੱਲ ਹੈ ਭੈਣ ਮੇਰੀ ਏ ਉਹ ਇਹ ਹੈ ਕਿ ਤੁਹਾਡੇ ਹੁਣ ਵਿਆਹ ਨੂੰ ਕਾਫੀ ਦਿਨ ਹੋ ਗਏ ਨੇ ਹੁਣ ਸਵੇਰੇ ਉੱਠਣ ਦੀ ਜਲਦੀ ਹੱਥ ਪਾ ਲਾ ਦੀਦੀ ਮੈਂ ਕਿਹੜਾ ਉੱਠ ਕੇ ਸਵੇਰੇ ਕਾਲਜ ਜਾਣਾ ਹੁੰਦਾ ਫਿਰ ਉਹੀ ਨਿਆਣਿਆਂ ਵਾਲੀ ਗੱਲ ਚਾਹੇ ਤੂੰ ਕਾਲਜ ਜਾਣ ਵਾਲੀ ਕੁੜੀ ਨਹੀਂ ਰਹੀ ਪਰ ਵਿਆਹ ਤੋਂ ਬਾਅਦ ਹਰ ਕੁੜੀ ਔਰਤ ਦਾ ਰੂਪ ਧਾਰਨ ਕਰਦੀ ਹੈ ਵਿਆਹ ਕਰਾ ਕੇ ਮੈਂ ਕਿਹੜਾ ਬੁੱਢੀ ਹੋ ਗਈ ਹਾਂ ਨਾਲੇ ਆ ਕੀ ਔਰਤ ਜੀ ਲਾਈ ਐਵੇਂ ਪਿੰਕੀ ਦੇਖ ਇਹ ਹੁਣ ਆਪਣੇ ਮਾਪਿਆਂ ਦਾ ਘਰ ਨਹੀਂ ਹੈਗਾ ਬੇਸ਼ੱਕ ਬੀਜੀ ਹੁਣੀ ਪਾਪਾ ਜੀ ਹੁਣੀ ਆਪਾਂ ਨੂੰ ਬੱਚਿਆਂ ਵਾਂਗੂ ਸਮਝਦੇ ਆ ਪਰ ਆਪਣਾ ਵੀ ਤਾਂ ਕੁਛ ਫਰਜ਼ ਬਣਦਾ ਨਾ ਓਕੇ ਪਤਾ ਹੈ ਮੈਨੂੰ ਇਹ ਆਪਣਾ ਘਰ ਹੈ ਮੇਰਾ ਵਿਆਹ ਹੋ ਚੁੱਕਿਆ ਹੁਣ ਮੈਂ ਆਪਣੇ ਘਰ 'ਚ ਆਪਣੀ ਮਰਜ਼ੀ ਨਾਲ ਸੌਂ ਵੀ ਨਹੀਂ ਸਕਦੀ ਕੌਣ ਕਹਿੰਦਾ ਪਿੰਕੀ ਕਿ ਤੂੰ ਸੌਂ ਨਹੀਂ ਸਕਦੀ ਪਰ ਹਰ ਸਿਆਣੇ ਘਰ ਵਿੱਚ ਇੱਕ ਜਾਗਣ ਦਾ ਉੱਠਣ ਦਾ ਇੱਕ ਵਕਤ ਹੁੰਦਾ ਜਿਹੜਾ ਬੰਦਾ ਵਕਤ ਦੀ ਕਦਰ ਨਹੀਂ ਨਾ ਕਰਦਾ ਵਕਤ ਉਹਦੀ ਕਦਰ ਨਹੀਂ ਕਰਦਾ ਬਸ ਮੈਂ ਤੈਨੂੰ ਇੰਨਾ ਕਹਿਣਾ ਤੂੰ ਸਵੇਰੇ ਜਲਦੀ ਉੱਠ ਕੇ ਨਾ ਕੰਮ 'ਚ ਮੇਰਾ ਹੱਥ ਵਟਾਇਆ ਕਰ ਉਹ ਨੌਕਰ ਹੈਗੇ ਆ ਕੰਮ ਕਰਨ ਲਈ ਨਾਲੇ ਚਾਹ ਤਾਂ ਗੁੱਲੂ ਨੇ ਬਣਾਈ ਲਿਆਉਣੀ ਹੁੰਦੀ ਆ ਮੈਂ ਕਿਹਾ ਜੀ ਨਿਕਲੋ ਬਾਹਰ ਹੁਣ ਜਲਦੀ